ਸ਼੍ਰੋਮਣੀ ਅਕਾਲੀ ਦਲ ਤਾਂ ਸਦਾ ਰੈਡੀ ਹੈ। ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ, ਅੱਜ ਬੋਲਦੇ ਵੀ ਕਿਹਾ, ਆਹ ਨੈਸ਼ਨਲ ਪਾਰਟੀਆਂ ਇੱਕ ਪਾਸੇ ਹੈ ਅਤੇ ਪੰਜਾਬ ਦੀ ਪਾਰਟੀ ਇੱਕ ਪਾਸੇ ਹੈ। ਪੰਜਾਬ ਦੀ ਜਨਤਾ ਹੁਣ ਫੈਸਲਾ ਕਰੂਗੀ ਕਿ ਪੰਜਾਬੀਆਂ ਦੀ ਅਸਲੀ ਆਵਾਜ਼ ਕੌਣ ਹੈ। ਅਕਾਲੀ ਦਲ ਤੁਹਾਨੂੰ ਜਲਦੀ ਦੱਸ ਦਾਂਗੇ ਕਿੱਧਰ, ਅਸੀਂ ਤਾਂ ਪੰਜਾਬ 'ਚ ਹੈ, ਜੋ ਮਰਜ਼ੀ ਗੱਠਜੋੜ ਬਣਾ ਕੇ ਆ ਜਾਓ, ਅਸੀਂ ਟਾਕਰਾ ਕਰਨ ਨੂੰ ਤਿਆਰ ਹੈ। ਥੈਂਕ ਯੂ। ਅੱਜ ਤੱਕ ਕਿਸੇ ਨੈਸ਼ਨਲ ਪਾਰਟੀ ਨੇ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕੀਤੀ, ਆਵਾਜ਼ ਦੇ ਮੁਸ਼ਕਲਾਂ ਦੀ ਹੱਕ ਗੱਲ ਨਹੀਂ ਕੀਤੀ। ਜੇ ਅੱਜ ਤੱਕ ਲੜਾਈ ਲੜੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ। ਜਿਹੜਾ ਪਾਣੀ ਹੈ ਪੰਜਾਬ ਦਾ, ਖੋਇਆ ਕਿਹਨੇ? ਨੈਸ਼ਨਲ ਪਾਰਟੀ ਕਾਂਗਰਸ ਨੇ। ਅੱਜ ਰਾਜਸਥਾਨ ਨੂੰ ਪਾਣੀ ਦਿੱਤਾ ਕਾਂਗਰਸ ਨੇ, ਦਰਬਾਰ ਸਾਹਿਬ 'ਤੇ ਹਮਲਾ ਕੀਤਾ ਕਾਂਗਰਸ ਨੇ। ਆਹ ਜਿਹੜੀ ਹੁਣ ਆਮ ਆਦਮੀ ਪਾਰਟੀ ਹੈ, ਜੇ ਉਹ ਫੈਸਲੇ ਕਰ ਰਹੀ ਹੈ, ਨੌਕਰੀਆਂ ਦੇ ਰਹੀ ਹੈ ਬਾਹਰਲੇ ਸੂਬਿਆਂ ਨੂੰ ਦੇ ਰਹੀ ਹੈ, ਬਾਹਰਲੇ ਸੂਬਿਆਂ ਨੂੰ, ਹੁਣ ਪੰਜਾਬ ਦੇ ਵਿੱਚ ਪਾਣੀ ਦੀ ਕਮੀ ਸੀ, ਰਾਜਸਥਾਨ ਨੂੰ ਪਾਣੀ ਦੇ ਰਹੀ ਹੈ। ਕਿਉਂ? ਉਹਨਾਂ ਦਾ ਲਗਾ ਹੈ ਕਿ ਇੱਥੋਂ ਤਾਂ ਜਿੱਤ ਗਏ ਦੂਜੀ ਜਗ੍ਹਾ ਜਾਣੀ। ਸਵਾਲ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹੁੰਦਾ ਕਿ ਸਾਨੂੰ ਪੰਜਾਬੀਆਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ, ਕੇਜਰੀਵਾਲ ਹੈ ਜਾਂ ਭਗਵੰਤ ਮਾਨ ਹੈ। ਕਿਉਂਕਿ ਜਿੱਥੇ ਜਾਈਏ, ਮੇਰੇ ਕੋਲ ਇੰਡਸਟਰੀਅਲਿਸਟ ਮਿਲੇ, ਮੇਰੇ ਕੋਲ ਵਪਾਰੀ ਮਿਲੇ, ਮੇਰੇ ਕੋਲ ਕਈ ਹੋਰ ਵਰਗ ਦੇ ਲੋਕ ਮਿਲੇ, ਜਿਹੜੇ ਵੀ ਮੰਤਰੀ ਕੋਲ ਜਾਂਦੇ ਹੈ, ਮੰਤਰੀ ਕਹਿੰਦੇ ਜੀ ਕਿ ਤੁਸੀਂ ਕੇਜਰੀਵਾਲ ਨੂੰ ਮਿਲ ਲਓ, ਉਹ ਜੋ ਕਹੂਗਾ ਸਾਨੂੰ ਕਰ ਲਓ। ਹੁਣ ਤੁਸੀਂ ਦੇਖ ਲਓ, ਇੰਡਸਟਰੀ ਦੀ ਮੀਟ ਪੰਜਾਬ ਦੀ ਹੈ, ਮਿਲਣੀ ਕਹਿੰਦੇ ਇੰਡਸਟਰੀ ਮਿਲਣੀ, ਅਤੇ ਕੇਜਰੀਵਾਲ ਦਾ ਕੀ ਕੰਮ ਹੈ? ਦੂਜੇ ਸੂਬੇ ਦਾ ਮੁੱਖ ਮੰਤਰੀ ਆ ਕੇ ਗਰੰਟੀ ਦੇਊਗਾ? ਆਪਣਾ ਮੁੱਖ ਮੰਤਰੀ ਨਹੀਂ ਕਹਿ ਸਕਦਾ ਕਿ ਮੈਂ ਤੁਹਾਨੂੰ ਆਹ ਦਊਂਗਾ, ਕਿ ਉਹਦੇ ਜ਼ਮਾਨ ਖਤਮ ਹੋ ਗਈ? ਜੇ ਕੋਈ ਸਮਿਟ ਹੁੰਦਾ ਕੇਜਰੀਵਾਲ, ਜੋ ਕੁਛ ਹੁੰਦਾ ਕੇਜਰੀਵਾਲ, ਸਕੂਲ ਆਫ ਐਮੀਨੈਂਸ ਬਣਾਉਣਾ ਕਹਿੰਦੇ ਹੈ ਤਾਂ ਲਿਆਓ ਜੀ ਕੇਜਰੀਵਾਲ ਨੂੰ। ਸੋ ਇਸ ਕਰਕੇ ਮੁੱਖ ਮੰਤਰੀ ਕੌਣ ਹੈ, ਕਿਹਨੂੰ ਅਸੀਂ ਜ਼ਿੰਮੇਵਾਰ ਸਮਝੀਏ? ਇਹ ਜੀ ਨਿਕੰਮੀ ਨਲਾਇਕ ਸਰਕਾਰ ਅੱਜ ਤੱਕ ਨਹੀਂ ਪੰਜਾਬ ਨਹੀਂ ਦੇਸ਼ 'ਚ ਨਹੀਂ ਦੇਖੀ। ਮੈਂ ਦੇਸ਼ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ, ਆ ਜਿਹੜੀ ਆਮ ਆਦਮੀ ਪਾਰਟੀ ਹੈ, ਆ ਠੱਗਾਂ ਦੀ ਪਾਰਟੀ ਹੈ। ਹਿੰਦੁਸਤਾਨ ਵਿੱਚ ਪੰਜਾਬ ਦੇ ਖਜ਼ਾਨੇ ਤੋਂ 750 ਕਰੋੜ ਰੁਪਇਆ ਕਢਾ ਕੇ ਆਪਣੀ ਮਸ਼ਹੂਰੀ, ਆਪਣੀ ਪਾਰਟੀ ਨੂੰ ਤਕੜਾ ਕਰਨ ਵਾਸਤੇ ਇਸ਼ਤਿਹਾਰ ਦੇ ਰਹੇ ਹੈ ਹਿੰਦੁਸਤਾਨ ਦੇ ਕੋਨੇ ਕੋਨੇ 'ਚ। ਆ ਇਸ਼ਤਿਹਾਰ ਸਾਰੇ ਜਾਲੀ ਹੈ, ਫਰੋਡ ਹੈ। ਜੇ ਤੁਸੀਂ ਇਹਨਾਂ ਦੀ ਕਰਤੂਤਾਂ ਦੇਖਣੀਆਂ, ਮੈਂ ਕਹਿਣਾ ਚਾਹੁੰਦਾ ਸਾਰੇ ਪੋਲੀਟੀਕਲ ਪਾਰਟੀਆਂ ਨੂੰ ਅਤੇ ਉਹਨਾਂ ਦੇ ਵਰਕਰਾਂ ਨੂੰ ਅਤੇ ਲੀਡਰਾਂ ਨੂੰ, ਆ ਕੇ ਪੰਜਾਬ ਦੇਖੋ ਕਿਹੋ ਜਿਹਾ ਮਾੜਾ ਹਾਲ ਆਮ ਆਦਮੀ ਪਾਰਟੀ ਸਰਕਾਰ ਨੇ ਕਰ ਦਿੱਤਾ। 2 ਸਾਲਾਂ 'ਚ ਇਹ ਜੀ ਤਬਾਹੀ ਲਿਆਂਦੀ ਹੈ ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਨੇ। ਸਾਨੂੰ ਡਰ ਹੈ ਕਿ ਅਗਲੇ 5-3 ਹੋਰ ਸਾਲਾਂ ਦੇ ਜਿਹੜੇ ਰਹਿ ਗਏ ਹੈ, ਪਤਾ ਨਹੀਂ ਪੰਜਾਬ ਦਾ ਕੀ ਹੋਊਗਾ। ਇਸ ਕਰਕੇ ਜੇ ਆਪਣੇ ਸੂਬਿਆਂ ਨੂੰ ਬਚਾਉਣਾ, ਆਮ ਆਦਮੀ ਪਾਰਟੀ ਤੋਂ ਬਚ ਕੇ ਰਹੋ, ਇਹਨਾਂ ਦੇ ਝੂਠ ਤੋਂ ਬਚ ਕੇ ਰਹੋ। ਮਾਨਸਾ ਸਾਹਿਬ, 2024 ਦੀਆਂ ਲੋਕ ਸਭਾ ਚੋਣਾਂ ਆ ਰਹੀਆਂ ਨੇ, ਗੱਠਜੋੜ ਦੀ ਗੱਲ ਹੋਈ ਆ ਆਮ ਆਦਮੀ ਪਾਰਟੀ ਕਾਂਗਰਸ ਦੀ, ਸਰ ਸ਼੍ਰੋਮਣੀ ਅਕਾਲੀ ਦਲ ਕਿਸ ਤਰ੍ਹਾਂ ਦੇਖਦਾ? ਸ਼੍ਰੋਮਣੀ ਅਕਾਲੀ ਦਲ ਤਾਂ ਸਦਾ ਰੈਡੀ ਹੈ। ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ, ਅੱਜ ਬੋਲਦੇ ਵੀ ਕਿਹਾ, ਆ ਨੈਸ਼ਨਲ ਪਾਰਟੀਆਂ ਇੱਕ ਪਾਸੇ ਹੈ ਅਤੇ ਪੰਜਾਬ ਦੀ ਪਾਰਟੀ ਇੱਕ ਪਾਸੇ ਹੈ। ਪੰਜਾਬ ਦੀ ਜਨਤਾ ਹੁਣ ਫੈਸਲਾ ਕਰੂਗੀ ਕਿ ਪੰਜਾਬੀਆਂ ਦੀ ਅਸਲੀ ਆਵਾਜ਼ ਕੌਣ ਹੈ। ਅੱਜ ਤੱਕ ਕਿਸੇ ਨੈਸ਼ਨਲ ਪਾਰਟੀ ਨੇ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕੀਤੀ, ਆਵਾਜ਼ ਦੇ ਮੁਸ਼ਕਲਾਂ ਦੀ ਹੱਕ ਗੱਲ ਨਹੀਂ ਕੀਤੀ। ਜੇ ਅੱਜ ਤੱਕ ਲੜਾਈ ਲੜੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ। ਜਿਹੜਾ ਪਾਣੀ ਹੈ ਪੰਜਾਬ ਦਾ, ਖੋਇਆ ਕਿਹਨੇ? ਨੈਸ਼ਨਲ ਪਾਰਟੀ ਕਾਂਗਰਸ ਨੇ। ਅੱਜ ਰਾਜਸਥਾਨ ਨੂੰ ਪਾਣੀ ਦਿੱਤਾ ਕਾਂਗਰਸ ਨੇ, ਦਰਬਾਰ ਸਾਹਿਬ 'ਤੇ ਹਮਲਾ ਕੀਤਾ ਕਾਂਗਰਸ ਨੇ। ਆਹ ਜਿਹੜੀ ਹੁਣ ਆਮ ਆਦਮੀ ਪਾਰਟੀ ਹੈ, ਜੇ ਉਹ ਫੈਸਲੇ ਕਰ ਰਹੀ ਹੈ, ਨੌਕਰੀਆਂ ਦੇ ਰਹੀ ਹੈ ਬਾਹਰਲੇ ਸੂਬਿਆਂ ਨੂੰ ਦੇ ਰਹੀ ਹੈ, ਬਾਹਰਲੇ ਸੂਬਿਆਂ ਨੂੰ, ਹੁਣ ਪੰਜਾਬ ਦੇ ਵਿੱਚ ਪਾਣੀ ਦੀ ਕਮੀ ਸੀ, ਰਾਜਸਥਾਨ ਨੂੰ ਪਾਣੀ ਦੇ ਰਹੀ ਹੈ। ਕਿਉਂ? ਉਹਨਾਂ ਦਾ ਲਗਾ ਹੈ ਕਿ ਇੱਥੋਂ ਤਾਂ ਅੱਜ ਜਿੱਤ ਗਏ ਦੂਜੀ ਜਗ੍ਹਾ ਜਾ ਕੇ ਜਿੱਤ ਗਏ। ਸਰ, ਇੱਕ ਇੰਡੀਆ ਗੱਠਜੋੜ ਬਣ ਰਿਹਾ, ਇੱਕ ਭਾਜਪਾ ਗੱਠਜੋੜ, ਫਿਰ ਅਕਾਲੀ ਦਲ ਕਿੱਧਰ? ਅਕਾਲੀ ਦਲ ਤੁਹਾਨੂੰ ਜਲਦੀ ਦੱਸ ਦਾਂਗੇ ਕਿੱਧਰ, ਅਸੀਂ ਤਾਂ ਪੰਜਾਬ 'ਚ ਹੈ। ਜੋ ਮਰਜ਼ੀ ਗੱਠਜੋੜ ਬਣਾ ਕੇ ਆ ਜਾਓ, ਅਸੀਂ ਟਾਕਰਾ ਕਰਨ ਨੂੰ ਤਿਆਰ ਹੈ। ਥੈਂਕ ਯੂ। ਥੈਂਕ ਯੂ। ਲਗਾਤਾਰ ਮੌਤਾਂ ਹੋ ਰਹੀਆਂ ਮੋਗੇ ਜ਼ਿਲ੍ਹੇ 'ਚ ਵੀ, ਜੇ ਗੱਲ ਕੀਤੀ ਤਾਂ 15 ਦਿਨ 'ਚ 5 ਮੌਤਾਂ। ਨਸ਼ਾ ਪੰਜਾਬ ਵਿੱਚ ਅੱਜ ਰਿਕਾਰਡ ਤੋੜ ਦਿੱਤੇ ਜਿੰਨਾ ਮਿਲ ਰਿਹਾ। ਮੈਂ ਅੱਜ ਦਾਅਵੇ ਨਾਲ ਕਹਿ ਰਿਹਾ, ਨਸ਼ਾ ਵਿਕਾਉਣ ਵਾਸਤੇ, ਅੱਜ ਘਰ ਘਰ ਪਹੁੰਚਾਉਣ ਵਾਸਤੇ ਸਭ ਤੋਂ ਵੱਡੇ ਗੁਨਾਹਗਾਰ
आम आदमी पार्टी के एम एल ए है। आ एम एल ए महीना बनी बैठे है नशा वेचने वाले तो, पुलिस नूं हिदायतां दित्तियां कि इहनूं हाथ नहीं लाउणा, तो इस करके जिहड़े नशा वेचदे आ उहनूं इन्नी खुल हो गई ते अज दुकानां ते घरां ते वड्डा सबूत थोड़े कोल है। जिहड़े 66 ठेके शराब दे लुधियाणा शहर दे है उहनां ते रेड मारी सेंटर दी ड्रग इनफोर्समेंट एजेंसी ने। 66 ते 66 शराब दे सरकारी ठेकियां दे उत्ते चिट्टा विक रहा सी एंड उहनूं कुछ नहीं रोकिया जा रहा सी। ते उदों जो सेंटर दी एजेंसी ने जो बंद किया महीने बाद फिर तो खोल दिते। बाबू साहब इस नाल जुड़ा सवाल हैगा जिवें तुसीं नशे की गल कर रहे हैं भी नशे नूं लैके पिंडां दे विच लोकां ने कमेटियां बना दी नाके लाने शुरू करते, पुलिस इस चीज़ नूं डिनाई कर रही है भी यह गैर कानूनी हैगा, तो पुलिस के कुछ कर्मचारी अधिकारियों ने किसी सीनियर अफसर ने नाम भी नशर करते भी ये लोग विच नाल मिले हुए इस करके नशा ज्यादा साडे पंजाब 'च बंद नहीं हो रहा। सो तुसीं कि मैं यही कह रहा है पिंडां दी कमेटी कदों बन लग जांदियां जदों उन्हां नूं विश्वास उठ जांदा पुलिस ते। हुण पुलिस वाले जान के इन्हां नूं गैर कानून कह रहे हैं क्योंकि हल्के दे MLA ने पुलिस नूं कहा है कि नशे वाले नूं तुसीं प्रोटैक्शन देनी है। नशे वेचण वाले दी इन्नी हिम्मत है कि कमेटियां ते भी हमला करन लग गए, जे कोई पुलिस जे कोई उत्थे कोई रेड मारदा उन्हां ते हमला करदे है। अज तक कितें होया?